view de la casa. ਉਰੇ ਛਾ ਚੁੱਪ ਕਰ ਜਾ ਤੂੰ ਸੋਨਾ ਅੱਛਾ ਬੈਠਾ ਸਕੂਨ ਕਰ ਰਿਹਾ ਆ ਜੀ ਬਣਿਆ ਹੋਇਆ ਮਾਸ਼ਾਅੱਲਾ ਸਾਡੇ ਪਿੰਡ ਦੇ ਵਿੱਚ ਨਾ ਬੱਕਰੀਆਂ ਦਾ ਸ਼ੈੱਡ ਦਿਖਾਉਂਦੇ ਆ ਤੁਹਾਨੂੰ ਕਾਫੀ ਦੇਰ ਦਾ ਬਣਿਆ ਵਾ ਅਸੀਂ ਮਰਬੇ ਆਏ ਸੀ ਮੈਂ ਚੱਲ ਨਾਲੇ ਦਾ ਵਿਊ ਲੈ ਕੇ ਜਾਈਏ ਥੋੜਾ ਜਿਹਾ ਦੇਖੀਏ ਕੀ ਮਾਸ਼ਾਅੱਲਾ ਬੜਾ ਸਿਸਟਮ ਬਣਿਆ ਜੈਨੀ ਨੂੰ ਨਾਲੇ ਦਿਖਾਉਣੀਆਂ ਪੈਣੀਆਂ ਇੱਦਾਂ ਦੀਆਂ ਚੀਜ਼ਾਂ ਇਸ ਤੋਂ ਬਗੈਰ ਬਿੱਲ ਨਹੀਂ ਨਾ ਪਾਸ ਹੁੰਦਾ ਨਾਲ ਗਾਈਆਂ ਵਾਲਾ ਕੰਮ ਵੀ ਠੀਕ ਜੈਨੀ ਬਦਕਾ ਦਿਨ ਦੇਖ ਕੇ ਆ ਰਹੀਆਂ ਇਹ ਜੇ ਕੰਮ ਨਾ ਚੱਲ ਰਿਹਾ ਹਜੇ ਮੁਕੰਮਲ ਨਹੀਂ ਹੋਇਆ ਅਤੇ ਬੱਕਰੀਆਂ ਵੀ ਰੱਖ ਲਈਆਂ ਗਾਈਆਂ ਵੀ ਰੱਖ ਲਈਆਂ ਜੈਨੀ ਫੁੱਲ ਕਾਰੀਗਰ ਆ ਜਿਵੇਂ ਕਿਸੇ ਬਾੜੇ 'ਤੇ ਕੰਮ ਕਰਦਾ ਰਿਹਾ ਨਾ ਜੈਨੀ ਨੂੰ ਸਾਰਾ ਪਤਾ ਕਿ ਦਰਵਾਜ਼ੇ ਕਿਵੇਂ ਖੁੱਲ੍ਹਣੇ ਆ ਕਿਵੇਂ ਬੰਦ ਹੋਣੇ ਆ ਬੈਠੀਆਂ ਥੱਕੀਆਂ ਇਹ ਸਾਰੀਆਂ ਜਾਨੀ ਭਾਜੀ ਕਿੱਦਾਂ ਗੇੜਾ ਵਿੱਚ ਆਹੋ ਆਹ ਕੀ ਸ਼ਰੀਂ ਪਾਇਆ ਇੱਥੇ ਥੱਕੀ ਪਾਇਆ ਆਹ ਕੀ ਖਾ ਖੱਟੀਆਂ ਸ਼ਰੀਂ ਸ਼ਰੀਂ ਬਹੁਤ ਸ਼ੌਕ ਨਾਲ ਖਾਂਦੀਆਂ ਆਹੋ ਫਿਰਦੀਆਂ ਤੁਰਦੀਆਂ ਇਹ ਦੇਸੀ ਆ ਜ਼ਿਆਦਾ ਹਨਾ ਮੈਨੂੰ ਲਾਕ ਵੀ ਕਰਦੇ ਆ ਇਧਰ ਗੱਡੀਆਂ ਇਹ ਕੀ ਆਪੇ ਅੰਦਰ ਆਣ ਆਪੇ ਬਾਹਰ ਜਾਣ ਸਾਰਾ ਨਿਜ਼ਾਮ ਬੜਾ ਵੱਡਾ ਨਿਜ਼ਾਮ ਮਾਸ਼ਾਅੱਲਾ ਬੇਵਾ ਬੱਕਰੀ ਆ ਸਕਦੀ ਇਹਦੇ ਵਿੱਚ ਪਾਣੀਆਂ ਦਾ ਨਿਜ਼ਾਮ ਇੱਥੋਂ ਨਜ਼ਦੀਕ ਜਾ ਕੇ ਦਿਖਾਉਂਦੇ ਹਾਂ ਵੀ ਬਣਿਆ ਹੋਇਆ ਵਾ ਕਿ ਆਹ ਟੂਟੀਆਂ 'ਚ ਪਾਣੀ ਆਏਗਾ ਪੱਖੇ ਲੱਗੇ ਹੋਏ ਬਕਾਇਦਾ ਲਾਈਟਾਂ ਲੱਗੀਆਂ ਹੋਈਆਂ ਕੈਮਰੇ ਵੀ ਲੱਗੇ ਹੋਏ ਆ ਕੈਮਰੇ ਵੀ ਤੁਹਾਨੂੰ ਦਿਖਾਉਂਦੇ ਆ ਇੱਥੇ ਭਾਈ ਕੈਮਰਾ ਤੋਂ ਬਗੈਰ ਦੇਖ ਰਹੀ ਹੈ ਉਹ ਤੋਂ ਬਗੈਰ ਨਾ ਜੈਨੀ ਦੇ ਵਰਗੇ ਇੱਥੇ ਬਥੇਰੇ ਆ ਜਾਂਦੇ ਆ ਤਾਂ ਕਰਕੇ ਕੈਮਰੇ ਵਾਲਾ ਸਿਸਟਮ ਕਰਨਾ ਪੈਂਦਾ ਹੁਣ ਤੁਹਾਨੂੰ ਪਾਣੀ ਵਾਲਾ ਸਿਸਟਮ ਵੀ ਹੈ ਥੱਲੇ ਥੱਲੇ ਧੁੱਦੜ ਪਾਈ ਉਹ ਪਾਈ ਹੋਈ ਆ ਆਪਣਾ ਪਹਾੜ ਹਰ ਬਾੜੇ ਦੇ ਵਿੱਚ ਪਾਣੀ ਵੀ ਆ ਕਨੈਕਸ਼ਨ ਦਿੱਤਾ ਗਿਆ ਕਨੈਕਸ਼ਨ ਪਿੱਛੋਂ ਉਹਨੂੰ ਜਗ੍ਹਾ 'ਤੇ ਇਹਦੇ ਵਿੱਚ ਪਾਣੀ ਆ ਜਾਣਾ ਕਿਆ ਸਿਸਟਮ ਆ ਜੈਨੀ ਆਹ ਬੋਰੀਆਂ ਕੀ ਕੰਮ ਨੇ ਇਹਦਾ ਕਿੰਨਾ ਦੇ ਬਹਿਣ ਇਜ਼ੀ ਹੋ ਗਏ ਜੈਨੀ ਤਿੰਨਾ ਮਾਵਾਂ ਬੱਕਰੀਆਂ ਚੰਗੀਆਂ ਦੇ ਬਹਿੰਦੀਆਂ ਨਿੱਘੇ ਥਾਂ ਬਾਬਾ ਇੱਥੇ ਤੇ ਕਿਉਂ ਤੇ ਅੰਦਰ ਨਹੀਂ ਉਹ ਹਾਲ ਵੱਡਾ ਨਾ ਜਾਨਵਰ ਥੋੜੇ ਇਸ ਕਰਕੇ ਅੰਦਰ ਅੰਦਰ ਕਰਦੇ ਰਾਤ ਨੂੰ ਉਧਰ ਕਿਤੇ ਆਂਦੀਆਂ ਹਾਂ ਉਦਾਂ ਤਾਂ ਆ ਵੀ ਲੱਗੀ ਤਰਪਾਲ ਵੀ ਲੱਗੀ ਹੋਈ ਆ ਪੂਰਾ ਸਿਸਟਮ ਨਾ ਇਹ ਬੰਦ ਹੋ ਜਾਂਦਾ ਕਿਉਂ ਜਾਨੀ ਸਾਹਿਬ ਹੈਨਾ ਅੱਛਾ ਸਾਰੇ ਕੱਪੜੇ ਇਦਾਂ ਬੰਦ ਹੋ ਜਾਣੇ ਤੇ ਨਿੱਘੇ ਦੇ ਵਿੱਚ ਬਣ ਜਾਂਦਾ ਹੋਣਾ ਬੇਬਾ ਇਹ ਫੈਬਰ ਆ ਕੀ ਇਹ ਚਾਹੇ ਸਟੀਲ ਲੱਗੀ ਕੀ ਆ ਮਤਲਬ ਕੱਪੜਾ ਮਜ਼ਬੂਤ ਕੰਮ ਆ ਅੱਛਾ ਇੱਦਾਂ ਕਰਕੇ ਸਾਰਾ ਬੰਦ ਹੋ ਜਾਂਦਾ ਖਾਣਿਆਂ ਦੇ ਖਾਣੇ ਬੰਦ ਆ ਸ਼ਵਾਰਮੇ ਜਿਹੜੀ ਵੀ ਦਿਖਾ ਬੱਕਰੀਆਂ ਖਾਣੀਆਂ ਸ਼ਵਾਰਮੇ ਉਹ ਵੀ ਇੱਥੇ ਲੱਗ ਰੱਖੀ ਹੋਈ ਆ ਕੀ ਡਿਸਪੈਂਸਰੀ ਆ ਡਾਕਟਰਾਂ ਦੀ ਵਿੱਚ ਹੀ ਰੱਖੀ ਹੋਈ ਆ ਚਲੋ ਡਿਸਪੈਂਸਰੀ ਵੀ ਦਿਖਾਉਂਦੇ ਆ ਦੈਨੀ ਸਾਹਿਬ ਨੂੰ ਜਦੋਂ ਕਿਤੇ ਡਾਕਟਰਾਂ ਦੇ ਇਹਦੇ ਵਿੱਚ ਆਪਣਾ ਸਮਾਨ ਸਾਰਾ ਕਰਦੇ ਹੋਣੇ ਆ ਹਾਂ ਪੂਰਾ ਬਣਿਆ ਹੋਇਆ ਆਹ ਤੂੰ ਕੰਮ ਤਾਂ ਦੇ ਰਹੇ ਚੱਲ ਰਿਹਾ ਅੱਛਾ ਇੱਧਰਲੇ ਬੰਨੇ ਵੀ ਖੁੱਲ ਜਾਂਦਾ ਆਹ ਕੀ ਕਮਰਾ ਬਣਿਆ ਅੱਛਾ ਇਹਦੇ ਵਿੱਚ ਆਹ ਇੱਧਰ ਬੰਨੇ ਵੀ ਜਾਲੀ ਮੈਂ ਦੇਖੀ ਲੱਗੀ ਹੋਈ ਬੱਕਰੀਆਂ ਦਾ ਅੱਛਾ ਇੱਧਰ ਦੀ ਜਾ ਹੋਊਗਾ ਹਾਂ ਅਸੀਂ ਗਲਤ ਤਰੀਕੇ ਵੱਲ ਦੀ ਜਾ ਰਹੇ ਹਾਂ ਮਾਸ਼ਾਅੱਲਾ ਦੇਖੋ ਪੌੜੀਆਂ ਕੈਸੀਆਂ ਆਓ ਜੀ ਮਾਸ਼ਾਅੱਲਾ ਜੀ ਜਦਾ ਕੱਲਾ ਹਿੰਮਤੇ ਮਰਦਾਂ ਦੇ ਮਤ ਦੇਖਦਾ ਹੈਂ ਦਸਾਂ ਰੁਪਈਆਂ ਬੰਦੇ ਸਾਰੇ ਜਾਂਦੇ ਮੈਂ ਕਿਹਾ ਕਿਆ ਬਾਤ ਆ ਇਹ ਆਹ ਬਣਿਆ ਜੀ ਕਿਆ ਬਾਤ ਆ ਜੀ ਇਹ ਪਾਣੀ ਇਹਦੇ ਵਿੱਚ ਮਿੱਠਾ ਹੁੰਦਾ ਇਹ ਖਾਲੇ ਵਾਲਾ
अच्छा ओ खाली बजी हुई है ओ आ रहा पानी सारा। अच्छा ये स्टॉक होना फिर इतों पंपना कर लेंगे है ते हफ्ता तो नहीं मुकदा होना चार दवारी हो के तारा लगियां तारा ही करंट भी छड़े को वध घट ना हो जानीर के बकरी चोर बहुत फिर देना करके पौड़िया भी है मजबूत डर था आप नवा नवा पैर हौली हौली रखते हैं भाई कप कप ही रख होंगे है कप कप ही रख डर जैनी जैनी साहब लगना ही लगना इन्ना इतने ये नक्शा चाचा आप ही बनाया क्या दिता किसी ने नहीं बड़ा जबरदस्त बनाया नक्शा जाली जुली दे लो हजे पई आ हजे काम ना चल रहा इधर भी तार नहीं लगी हुई हजे लगता हौली हौली सिस्टम आ दरख्त आला काम बड़ा ठीक किया निम्मा एडिया लाती है ये चल आवाज ही आ खंजूर की तुम सामने ही पता कि पुरानी है यह चंगा की तैयारी बेच रखी आ बहुत ही इस तरह निगे निगे होंगे जो खंजूर आए बहुत पुरानी खंजूर हाँ जी इधर होइए एक वड्डे हो पहले नंबर पे है कि गेट खोलना जानी है गेट भी है इंटरेस्ट का खूबसूरती का बनाया हुआ आ वाशरूम वगैरह बनाए हुए काम हजे चल रहा वा निजाम नाल दी नाल अच्छा बरांडा भी है बहन नू वाशरूम का भी काम हजे चल रहा वा आ कमरा बैठ अच्छा इधरले बने दरवाजा हाँ जी हाँ जी जानी पूरा कारीगर लगता है आ जी कमरा बैंड नू बनाया हुआ विंडो शिंडो भी लगी अजे काम चल रहा सोलर सिस्टम के नाल सारा निजाम इतने चल रहा हाँ तो हूँ चलना ही है ना नाल इस करके तो सीन बनूंगा सारा ये बिजली सारी सोलर सिस्टम से बैटरी शैटरी ओदा व्यू लेने जरा अभी बैठ गई है अच्छा डॉक्टर रूम वो परली बैठ गई इंदी जानी के लिए ना टीवी शीवी भी रखा हुआ सुनता होंदा है हर जगह पखा लाइटा वगैरह थानू मिल लगियां हर जगह वाशरूम वाह डॉक्टर वाशरूम भी दिता हुआ वा यानी देख ला पर डॉक्टर होना तेरे वर्गा बंदा नहीं होना ये भी फर्क होंगे ना खंजूर वाला व्यू टाइट आ बनाया किचन किचन लाजमी है उत्ते बाद अच्छा सोलर प्लेटा उत्ते लगी हैं सारी ओदे तो बाद जाने हैं क्यों जानी साहब आ की लग रहा है इदा करके लग जानी ये मतलब कि इधर ना कोई आन मतलब क्या बेड़ा हो जाता अपना बेड़े की कोई चीज ना आवे आ फिर आ कमरा का बकरिया का अच्छा इतने होनी क्या बात आ पखे इधर भी पूरे लाइटिंग इधर भी पूरी अच्छा आ लग गया चल सोलर सिस्टम के बाद चाहे बतक भी जैनी रही वेला मार भी फिर रहे ना खाण पीन आ देसी मुल बिलकुल जी चुला तरिया हो समझते काढ़े शाड़े नाले पकते रहे नाले जैनी अर्गे लिए कि चाह भी बनी जाती है आ अभी 12 वोल्ट की है तो फिर इन आप कन्वर्टर रखा हो नहीं तो 12 जी अपनी बैटरिया वा ਉਹ ਕਨਵਰਟ ਕਿਦਾਂ ਕਰਦੀਆਂ ਨੇ ਇਹ ਬਿਜਲੀ ਤੇ ਉਹਨਾਂ ਨੇ ਪਿੱਛੇ ਕੀਤਾ ਸੋਲਰ ਵਾਲਿਆਂ ਨੇ ਸਿਸਟਮ ਕਰਕੇ ਦਿੱਤਾ ਯਾਨੀ ਕਿ 220 ਵੋਲਟ ਵਾਲੀ ਮੋਟਰ ਲੱਗੀ ਆ 12 ਵੋਲਟ ਵਾਲੀ ਨਹੀਂ ਲੱਗੀ ਠੀਕ ਅੱਜ ਪੂਰੀ ਗਿੜਦੀ ਹੈ ਚੱਲਦੀ ਹੈ ਵਾਹ ਜੀ ਵਾਹ ਅੱਛਾ ਇੱਥੇ ਆ ਛੱਤ ਪਾਈ ਆ ਮਜ਼ਬੂਤ ਛੱਤ ਆ ਇਹ ਜੰਗਲੀ ਕਬੂਤਰ ਵੀ ਰਹਿ ਰਿਹਾ ਉਹ ਨੂੰ ਮਾਰੋ ਚੰਗੇ ਹੁੰਦੇ ਬੈਠੇ ਉਹ ਕਮਰਾ ਗਈਆਂ ਦਾ ਨਹੀਂ ਮੁਰਗੀਆਂ ਵਾਸਤੇ ਮੁਰਗੀਆਂ ਵੀ ਆ ਦਰਵਾਜ਼ਾ ਬਾਹਰ ਨੂੰ ਖੁੱਲ ਜਾਂਦਾ ਗਾਈਆਂ ਕਿੱਥੇ ਹੁੰਦੀਆਂ ਫਿਰ ਹਾਂ ਸੱਚੇ ਇੱਥੇ ਹੁੰਦੀਆਂ ਉਹ ਚੱਲ ਰਿਹਾ ਹਾਂ ਖੁੱਲੀਆਂ ਛੁੱਟੀਆਂ ਬਣ ਰਹੀਆਂ ਹੁਣ ਜੈਨੀ ਨੂੰ ਦਿਖਾਈਏ ਜਰਾ ਨਾ ਆਪਾਂ ਸੋਲਰ ਸੋਲਰ ਵਾਲਾ ਸਿਸਟਮ ਬਹੁਤ ਕਲਾਸ ਦਾ
जो इन्नी दूर आके बहना ना तो मेन चीज़ यह है कि सोलर जिहड़ा भी है जां साडी जिहड़ी भी कोई बिजली आ ਇਹ ਪ੍ਰੋਪਰ ਵਰਕ ਕਰੂਗੀ ਤੇ ਸਿਸਟਮ ਬਣਨਾ ਨਹੀਂ ਤੇ ਧੱਕੇ ਹੀ ਆ ਜਦੋਂ ਅੱਜ ਤੋਂ ਨਾ 10-15 ਸਾਲ ਪਹਿਲਾਂ ਡੇਰਿਆਂ 'ਚ ਲੋਕ ਰਹਿੰਦੇ ਸੀ ਹੁਣ ਜਦੀਦ ਦੌਰ ਆ ਗਿਆ ਹੁਣ ਰਹਿੰਦੇ ਹੈਗੇ ਆ ਪਰ ਹੁਣ ਜਦੀਦ ਦੌਰ ਆ ਹੁਣ ਆਹ ਇਲੈਕਟ੍ਰੋਨਿਕ ਆ ਗਈ ਨਾ ਹੁਣ ਜਿਹੜੇ ਮਰਜ਼ੀ ਤੁਸੀਂ ਡੇਰੇ 'ਤੇ ਚੱਲ ਜਾਓ ਸੋਲਰ ਲਾਜ਼ਮੀ ਮਿਲੂ ਫਾਇਦਾ ਲੈਣਾ ਚਾਹੀਦਾ ਇਹਦੀ ਚੀਜ਼ ਹੈਗੀ ਆ ਸਾਡੇ ਕੋਲ ਸੋਲਰ ਪਲੇਟਾਂ ਵੀ ਵਾਹਵਾ ਲੱਗੀਆਂ ਵਾਹ ਜੀ ਵਾਹ ਹਜੇ ਉੱਤੇ ਵੀ ਕਮਰੇ ਹੈਗੇ ਆ ਇਹ ਪਲੇਟਾਂ ਵੀ ਵੱਡੀਆਂ ਲੱਗੀਆਂ ਭਾਈ ਤਕਰੀਬਨ ਕੋਈ 20 ਤਾਂ ਹੋਣੀਆਂ ਇਹ ਈਜ਼ੀਲੀ ਰੈਨੀ ਸਾਹਿਬ ਇਹ ਕਿੰਨੇ ਵੋਲਟ ਵਾਲੀਆਂ ਵਾਹ ਜੀ ਵਾਹ ਤਾਂ ਹੀ ਇਹ ਕਿੱਥੋਂ ਸਿਸਟਮ ਵੀ ਕੋਈ ਸ਼ਹਿਰ ਜਿਨ੍ਹਾਂ ਨੇ ਲਾਇਆ ਉਹਨਾਂ ਨੇ ਮੁਕੰਮਲ ਕਰਕੇ ਦਿੱਤਾ ਸੋਲਰ ਦਾ ਪ੍ਰੋਜੈਕਟ ਚੰਗਾ ਹੈ ਇਹ ਅੱਲਾ ਰਹਿਮ ਕਰੀ ਹਾਂ ਪਲੇਟਾਂ ਰੈਨੀ ਸਾਹਿਬ ਹੈਵੀ ਸਿਸਟਮ ਆ ਤਾਂ ਹੀ ਨਾ ਕੋਈ ਚੱਲਦਾ ਨਹੀਂ ਤੇਰੇ ਵਰਗਾ ਧੱਕਾ ਲਾਉਣ 'ਤੇ ਰਹਿੰਦਾ ਹੁੰਦਾ ਇਹ ਬੱਕਰੀਆਂ ਚਾਚਾ ਇਹ ਤੋਂ ਇਲਾਵਾ ਹੋਰ ਕੀ ਪੈਣਾ ਵਾ ਹੁਣ ਸ਼ਾਮ ਨੂੰ ਨਹੀਂ ਇਹ ਹੁਣ ਇਹਨਾਂ ਪੱਠਿਆਂ 'ਚ ਕੀ ਗਾਂ ਬੱਕਰੀਆਂ ਨੂੰ ਕੀ ਪਾਉਂਦੇ ਆ ਪੱਠਿਆਂ 'ਚ ਇਹਨਾਂ ਨੂੰ ਪਾ ਰਹੇ ਆ ਸੁੱਕਾ ਪੱਠਾ ਪਾ ਰਹੇ ਨਹੀਂ ਉਹਦੇ 'ਚ ਕੀ ਮਸਲਾ ਪਾਉਂਦੇ ਸੁੱਕਾ ਪੱਠਾ ਅਤੇ ਤੂੜੀ ਵਗੈਰਾ ਨਾਲ ਲੂਸਣ ਸੁੱਕਾ ਇਸ ਤੋਂ ਹਟ ਕੇ ਉਹ ਸ਼ਹਿਰੋਂ ਲਿਆਉਂਦੇ ਕਿ ਆਪਣਾ ਰੱਖਿਆ ਨਹੀਂ ਸ਼ਹਿਰੋਂ ਲਿਆਉਂਦੇ ਆ ਬਾਕੀ ਵੰਡਾ ਵਗੈਰਾ ਨਾਲ ਪਾ ਰਹੇ ਆ ਇਹਨਾਂ ਨੂੰ ਅਤੇ ਵੱਡੇ ਡੰਗਰਾਂ ਨੂੰ ਕਮਾਦ ਸ਼ਮਾਦ ਪਾ ਰਹੇ ਆ ਹਾਂਜੀ ਆਹੋ ਚਲੋ ਉਹ ਤਾਂ ਫਿਰ ਕਮਾਦ ਹਰਾ ਉਹਨਾਂ ਨੇ ਤਾਂ ਹਰਾ ਹੀ ਨਹੀਂ ਸੈੱਟ ਹੋ ਜਾਣਾ ਬੜਾ ਸੋਹਣਾ ਨਿਆਮ ਆ ਇਹ ਜਗ੍ਹਾ ਕਿੰਨੀ ਚਾਹੀਦੀ ਭਲਾ ਇਹ ਕਿੱਲਾ ਪੂਰਾ ਨਹੀਂ ਫਾਇਦਾ ਤਾਂ ਹੈਗਾ ਨਾ ਕਿੱਲਾ ਅੱਛਾ ਆਹ ਕਮਰਾ ਨਹੀਂ ਆਪਾਂ ਦੇਖਿਆ ਕੀ ਆ ਮਸਜਿਦ ਵੀ ਵਿੱਚ ਬਣਾਈ ਵਾਹ ਜੀ ਵਾਹ ਕਿਆ ਬਾਤ ਆ ਉੱਤਰਲਾ ਸੋਲਰ ਸਿਸਟਮ ਤਾਂ ਦੇਖ ਲਿਆ ਮਤਲਬ ਕਿ ਜਿੱਥੋਂ ਸਾਨੂੰ ਤਵਾ ਨਹੀਂ ਸੂਰਜ ਦੀਆਂ ਲੈਂਦਾ ਪਲੇਟਾਂ ਵਗੈਰਾ ਹੁਣ ਜਿਹੜਾ ਮੇਨ ਆ ਜਿੱਥੇ ਬੈਟਰੀਆਂ ਸ਼ੈਟਰੀਆਂ ਉਹ ਸਿਸਟਮ ਅਸਲ ਕੰਮ ਤਾਂ ਇਹਦਾ ਦੇਖੋ ਜੀ ਕੈਸਾ ਸਿਸਟਮ ਆਹ ਲੱਗਿਆ ਸੋਲਰ ਬੈਟਰੀਆਂ ਬੜੀਆਂ ਹੈਵੀ ਰੱਖੇ ਹੁਣ ਮੇਰਾ ਘਰ ਤੁਸੀਂ ਦੇਖਿਆ ਹੀ ਆ ਸਾਰਿਆਂ ਨੇ ਕੱਡਾ ਵੱਡਾ ਮੈਂ ਇੱਕ ਬੈਟਰੀ ਰੱਖੀ ਹੋਈ ਆ ਆਹ ਬੈਟਰੀ ਟਾਵਰ ਤਾਂ ਪੂਰਾ ਘਰ ਚੱਲਦਾ ਅਤੇ ਇਹਦਾ ਸਿਸਟਮ ਹੀ ਬੜਾ ਵਾ ਇਹ ਕਿੰਨੇ ਦਾ ਹੋਣਾ ਕੇ ਵੀ ਦਾ ਹੋਣਾ ਚਾਚਾ ਹੈ ਯੂ ਪੀ ਐੱਸ 8 KV ਦਾ ਇਹ ਤਾਂ ਬਹੁਤ ਹੈਵੀ ਆ ਸਿਸਟਮ ਤਾਂ ਉਹਦੇ ਚੱਲਦਾ ਭਾਈ ਆਹ ਮਸਜਿਦ ਬਣਾਈ ਅੱਜ ਹਾਂ ਖਜੂਰ ਦੇ ਨਾਲ ਖਜੂਰ ਦਾ ਵਿਊ ਹੈ ਹੀ ਬੜਾ ਖਜੂਰ ਬਹੁਤ ਬਹੁਤ ਪੁਰਾਣੀ ਆ ਹਜੇ ਨਾ ਮੈਂ ਕੱਲ੍ਹ ਵਾਲੀ ਵੀਡੀਓ 'ਚ ਕਿਹਾ ਸੀ ਨਮਾਜ਼ ਲਾਜ਼ਮੀ ਪੜਿਆ ਕਰੋ ਦੇਖ ਲਓ ਅੱਜ ਪਰ ਮਸਜਿਦ ਦੀ ਲੱਕੜੀ ਆ ਸਪੈਸ਼ਲ ਇਹ ਮਸਜਿਦ ਬਣਾਈ ਗਈ ਆ ਵਾਹ ਹਜੇ ਕੰਮ ਚੱਲ ਰਿਹਾ ਮੈਨੂੰ ਸਾਰਿਆਂ ਨਾਲ ਮੇਨ ਚੀਜ਼ ਅੱਛੀ ਲੱਗੀ ਜਿਹੜੀ ਪੱਖੇ ਲਾਈਟਾਂ ਇਹ ਪ੍ਰੋਪਰ ਕੰਮ ਆ ਪੂਰੇ ਡੇਰੇ ਦੇ ਵਿੱਚ ਕਿਤੇ ਤੁਹਾਨੂੰ ਇਹ ਨਹੀਂ ਹੋਏਗਾ ਕਿ ਮੋਬਾਈਲ ਦੀ ਲਾਈਟ ਜਲਾ ਦਿਓ ਕੋਈ ਵੀ ਤੁਸੀਂ ਕੰਮ ਕਰਨਾ ਬਟਨ ਨੱਪੋ ਦਸਤੀ ਸਿਸਟਮ ਚੱਲੇਗਾ ਹਾਲਾਂਕਿ ਜੰਗਲ 'ਚ ਮੰਗਣ ਲੱਗਿਆ ਹੋਇਆ ਇਹ ਨਿਜ਼ਾਮ ਮਿਹਨਤ ਨਾਲ ਚੱਲਦਾ ਸਰ ਹਾਂ ਜਾਨੀ ਸਾਹਿਬ ਜਾਨੀ ਸਾਹਿਬ ਤੇਰੀ ਸੋਚ ਹੋਣੀ ਹੈ ਕਿੰਨੀ ਕੁ ਪੁਰਾਣੀ ਹੈ ਵਾਹ ਕਿਆ ਵਿਊ ਬਣਿਆ ਇਹਦਾ ਬਹੁਤ ਪੁਰਾਣੀ ਹੈ ਇਹ ਹਜੇ ਨਾ ਆਹ ਕਿਆਰੀ ਤਿਆਰ ਹੋ ਰਹੀ ਆ ਇਹਦੇ ਵਿੱਚ ਘਾਹ ਸ਼ਾਹ ਲੱਗੇਗਾ ਰੰਗ ਸ਼ੰਗ ਹੋਏਗਾ ਫਿਰ ਵਿਊ ਡੰਡੇ ਬਣ ਜੂਗਾ ਹਜੇ ਆ ਕੁਛ ਥੋੜ੍ਹਾ ਬਹੁਤ ਕੰਮ ਹੋ ਗਿਆ ਬੱਜੀ ਸਜਰੀ ਦਾ ਜਦੋਂ ਪੇਂਟ ਸ਼ੇਂਟ ਵੱਜੇਗਾ ਨਾ ਆਹ ਟੈਟੂ ਜਦੋਂ ਘੜੇ ਘੁੜੇ ਰੰਗ ਹੋਣੇ ਆ ਇਹ ਬੜਾ ਸੋਹਣਾ ਮੋਲ ਬਣ ਜਾਣਾ ਇਹ ਕੋਈ ਨਹੀਂ ਹਜੇ ਚੱਲ ਰਿਹਾ ਨਿਜ਼ਾਮ ਹੌਲੀ 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 ਸਾਰੇ ਚੱਲ ਜਾਣਾ ਅਤੇ ਇਹਨੂੰ ਖਜੂਰਾਂ ਲੱਗਦੀਆਂ ਵੀ ਬੜੀਆਂ ਵਾ ਇਹ ਲਾਜ਼ਮੀ ਗੱਲ ਹੁੰਦੀ ਕਿ ਜਦੋਂ ਬੱਕਰੀ ਸੁਣਦੀ ਆ ਉਹਨੂੰ ਗੁੜ ਅਤੇ ਦਾਣੇ ਲਾਜ਼ਮੀ ਖਵਾਈਦੇ ਆ ਛਲਾਰੂ ਫਿਰ ਦੇਖ ਲਓ ਕੈਸੇ ਆ ਆਹ ਵੀ ਆ ਇਹ ਕੱਪੜੇ ਕੋਈ ਘਰੇ ਹੁੰਦਾ ਸੀ ਕੁੱਤਾ ਉਹਦਾ ਕੋਈ ਨਹੀਂ ਉਹਦੇ ਵਿੱਚੋਂ ਨਹੀਂ ਹੈਗਾ ਕੋਈ ਉਹ ਨਸਲ ਦਾ ਉਹ ਵੀ ਬੜਾ ਕੁੱਤਾ ਹੁੰਦਾ ਸੀ ਉਹ ਇਹ ਉਹੀ ਉਹੀ ਚੀਜ਼ ਹੈ ਕੁੱਤੀ ਕੁੱਤਾ ਹੀ ਆ ਇਹ ਰਾਖੀ ਨੂੰ ਤਕੜੇ ਆ ਭਾਈ ਇਹ ਸੇਮ ਸੇਮ ਆ ਸੇਮ ਸੇਮ ਓਕੇ ਜੀ ਥੈਂਕ ਯੂ ਸਾਡਾ ਵਲੋਗ ਵਾਚ ਕਰਨ ਲਈ ਅਤੇ ਨਾਲੇ ਦੱਸਿਓ ਕਿ ਕਿੱਦਾਂ ਦਾ ਡੇਰਾ ਲੱਗਿਆ ਅਗਰ ਹੋਰ ਵੀ ਕਿਤੇ ਹੈਗਾ ਤਾਂ ਕਮੈਂਟ ਕਰਿਓ ਇੱਦਾਂ ਦੇ ਨਾ ਸ਼ੌਕ ਬਹੁਤ ਲੋਕਾਂ ਨੂੰ ਘੱਟ ਗਏ ਕੰਮਾਂ 'ਚ ਪ੍ਰੋਫਿਟ ਪ੍ਰੂਫ ਨਹੀਂ ਹੁੰਦੀ ਇਹ ਗੱਲ ਯਾਦ ਰੱਖਿਓ ਇਹ ਹੁੰਦੇ ਆ ਸ਼ੌਕ ਨਾ ਬਹਿਣ ਉੱਠਣ ਨੂੰ ਕੋਈ 4 ਬੰਦੇ ਆਉਣ ਜੈਨੀਅਰ ਗਏ ਪਤਾ ਲੱਗੇ ਕੋਈ ਬੈਠਾ ਵਾ ਅਤੇ ਬਾਕੀ ਇਕੱਲੇ ਪੈਸੇ ਨਾਲ ਗੱਲ ਨਹੀਂ ਹੁੰਦੀ ਗੱਲ ਹੁੰਦੀ ਡੇਰੇਦਾਰੀ ਨਾਲ ਅਤੇ ਡੇਰੇਦਾਰੀ ਪੈਸੇ ਨਾਲ ਨਹੀਂ ਚੱਲਦੀ ਹੈਗੀ ਦਿਲ ਨਾਲ ਚੱਲਦੀ ਹੈ ਅਤੇ ਇਹ ਬਹਿਣ ਦਾ ਸਾਡਾ ਨਿਜ਼ਾਮ ਡੇਰਾ ਇਸੇ ਸੀਨ ਦਾ ਬਣ ਰਿਹਾ ਬਾਕੀ ਪ੍ਰੋਫਿਟ ਦੀ ਕੋਈ ਜ਼ਰੂਰਤ ਨਹੀਂ ਹੈਗੀ ਅਤੇ ਨਾ ਹੀ ਇਹ ਕੰਮਾਂ 'ਚ ਪ੍ਰੋਫਿਟ ਪ੍ਰੂਫਿਟ ਕੋਈ ਨਹੀਂ ਹੁੰਦੀ ਇਹ ਗੱਲਾਂ ਹੀ ਆ ਸਾਰੀਆਂ ਅਗਰ ਸਾਡੀ ਕੋਈ ਚੀਜ਼ ਨਾ ਚੰਗੀ ਲੱਗੀ ਜੈਨੀ ਨੂੰ ਕਮੈਂਟ ਜ਼ਰੂਰ ਕਰ ਦਿਓ ਅਤੇ ਅਲਹਮਦੁਲਿਲਾ ਆਪਣੇ ਵੱਲੋਂ ਤਾਂ ਸਾਰਾ ਬੜਾ ਨਿਜ਼ਾਮ ਬਣਾਇਆ ਵਾ ਅਤੇ ਹਜੇ ਦਿਨ ਬ ਦਿਨ ਜਿਹੜੇ ਕੰਮ ਨਹੀਂ ਹੋਏ ਉਹ ਵੀ ਹੋ ਜਾਣਗੇ ਫਿਰ ਵਲੋਗ ਪੂਰਾ ਬਣਾਵਾਂਗੇ ਅਤੇ ਮੇਰੀ ਵੀਡੀਓ ਵਾਚ ਕਰਨ ਲਈ ਥੈਂਕ ਯੂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਆਹ ਜਿਹੜੇ ਕੰਮ ਸਾਡੇ ਚੱਲ ਰਹੇ ਆ
हजे हो रहे तार लगनी है इतों इन्नी ये भी इधरला एरिया लैदा होगा सिर्फ इस करके दस दें इदा पता नहीं किन्ने काम साडे जिहड़े हजे चल रहे हैं। तो मेरे चैनल में सबसक्राइब लाजमी कर दौ तो जिहड़ा साडा इसे डेरे का इंशाला तकरीबन दो तीन वीक तक अगला व्लॉग पावांगे वो मुकम्मल करके पावांगे। थैंक यू।